ਸਤਿ ਸ਼੍ਰੀ ਅਕਾਲ, ਮੈਂ ਹਰਮਨਦੀਪ ਸਿੰਘ ਭੁੱਲਰ। ਅੱਜ ਗੈਲਾਂ ਰਾਈਡ ਰੱਖੀ ਹੋਈ ਸੀਗੀ ਸੰਡੇ ਨੂੰ ਸਵੇਰੇ 5 ਵਜੇ, ਅਤੇ ਇਹ ਸਾਰੇ ਬਈ ਆਏ ਹੋਏ ਆ, 5 ਸਾਈਕਲਿਸਟ ਨੇ, ਸਾਰੇ ਲਗਭਗ ਬਿਗਨਰ ਹੀ ਨੇ ਜਿਹੜੇ ਲੌਂਗ ਰਾਈਡ ਵਾਸਤੇ ਆਏ ਆ। ਹੁਣ ਟਾਈਮ 5:16 ਹੋ ਚੁੱਕੇ ਆ ਸਹੀ ਸਵੇਰ ਦੇ, ਤਰੀਕ ਹੈਗੀ ਆ 1 ਮਾਰਚ, ਅਤੇ ਹੁਣ ਅਸੀਂ ਚੱਲੇ ਹਾਂ ਗੈਲਾ ਰੋਡ 'ਤੇ। ਉਸ ਤੋਂ ਬਾਅਦ ਦੇਖਦੇ ਹਾਂ ਕਿੱਥੋਂ ਤੱਕ ਫਿਨਿਸ਼ ਅਪ ਡਾਊਨ ਕਰਦਾ, ਫਿਰ ਦੱਸਾਂਗੇ। ਓਕੇ ਬਾਈ। ਦੂਜੇ ਨੰਬਰ ਤੇ 9.3 ਕਿਲੋਮੀਟਰ, 7:15 ਨੇ ਸਾਰੇ ਸਾਈਕਲਿਸਟ ਬੋਕਸਰ ਜੀ, ਠੀਕ ਆ ਸਾਰੇ। ਚਲੋ ਜੀ, ਲੈ ਬਈ ਪਿੰਡ ਚੰਨਣ ਵਾਲਾ ਤੇ ਸਾਡੀ ਹਾਫ ਡੈਸਟੀਨੇਸ਼ਨ ਲੋਕੇਸ਼ਨ ਗੈਲਾ 8 ਕਿਲੋਮੀਟਰ ਆ, ਅਤੇ ਆਹ ਪਿੰਡ ਚੰਨਣ ਵਾਲ ਦੇ ਦਰਸ਼ਨ ਕਰਾ ਰਹੇ ਹਾਂ, ਅਤੇ ਅੱਗੇ ਜਾ ਕੇ ਚੌਂਕ 'ਤੇ ਵੀ ਰੋਕਦੇ ਹਾਂ। ਲੈ ਬੋਕਸਰ, ਤੇਰੀ ਖੁਆਇਸ਼ ਪੂਰੀ ਕਰ ਦਾਂਗੇ ਹੁਣ। ਇੱਧਰ ਦੇਖਿਓ ਮਾੜਾ ਜਿਹਾ ਬਾਈ, ਇੱਥੇ ਦੇਖਿਓ, ਇੱਥੇ ਕਿੰਨੇ ਕਿਲੋਮੀਟਰ ਹੋ ਗਏ ਆਪਣੇ? ਬਾਈਕ ਹੋ ਗਏ ਹੋਣੇ ਆ, ਬਾਈਕ ਹੋ ਗਏ ਹੋਣੇ ਆ ਬਾਈ। ਤੁਹਾਡੇ ਥੋੜ੍ਹਾ ਆਪਦਾ ਐਕਸਪੀਰੀਅੰਸ ਦੱਸੋ, ਕਿਵੇਂ ਰਿਹਾ ਤੁਹਾਡਾ ਇੱਥੋਂ ਤੱਕ ਚੰਨਣ ਨਾਲ ਤੱਕ? 22 ਕਿਲੋਮੀਟਰ ਹੋ ਗਏ। ਹਾਂਜੀ ਬੋਲੋ। ਇਹ ਮੇਰਾ ਫਸਟ ਐਕਸਪੀਰੀਅੰਸ ਹੈ ਵੀਰ। ਹਾਂ ਹਾਂ, ਪਹਿਲੀ ਵਾਰ ਮੈਂ ਸਾਈਕਲਿੰਗ ਤੇ ਇੰਨੀ ਦੂਰ ਆ ਰਿਹਾ ਹਾਂ, ਠੀਕ ਹੈ। ਹਲੇ ਤੱਕ ਜੋ ਮੈਂ ਇੰਜੋਏ ਕੀਤਾ ਆਪਣਾ, ਹਾਂ ਹਾਂ, ਪੂਰਾ ਮਜ਼ਾ ਆ ਰਿਹਾਗਾ। ਹਾਂ ਹਾਂ, ਮੈਂ ਤੁਹਾਨੂੰ ਵੀ ਇਹ ਕਰਦਾਂਗਾ ਕਿ ਤੁਸੀਂ ਵੀ ਸਾਨੂੰ ਫਟਾਫਟ ਜੁਆਇਨ ਕਰੋ, ਠੀਕ ਹੈ? ਪਰ ਨੈਕਸਟ ਵੀਕ ਤੋਂ ਸਾਰੇ ਇਕੱਠੇ ਆਇਆ ਕਰੀਏ, ਹਾਂ ਹਾਂ, ਤੇ ਪੂਰਾ ਰੋਲਾ ਗੱਲਾ ਕਰਦੇ ਹਾਂ। ਓਕੇ ਜੀ, ਓਕੇ ਓਕੇ ਓਕੇ। ਹਾਂ ਬੌਕਸਰਾ, ਕਿਵੇਂ ਫੀਲ ਹੋ ਰਿਹਾ ਓਏ? ਬਹੁਤ ਵਧੀਆ ਬਾਈ, ਮੇਰਾ ਫਸਟ ਟਾਈਮ ਐਕਸਪੀਰੀਅੰਸ ਹੈ। ਹਾਂ ਹਾਂ, ਮੈਂ ਸਾਈਕਲ ਇੰਨੀ ਦੂਰ ਤੋਂ ਨਹੀਂ ਕਦੇ ਆਇਆ। ਹਾਂ ਹਾਂ, ਬਹੁਤ ਮਜ਼ਾ ਆ ਰਿਹਾ, ਅੱਗੇ ਦੱਸੋ ਤੁਹਾਨੂੰ। ਹਾਂ ਬੇਟੇ, ਬਹੁਤ ਮਜ਼ਾ ਆਇਆ, ਫਸਟ ਟਾਈਮ ਐਕਸਪੀਰੀਅੰਸ ਸੀਗਾ, ਪਰ ਇੰਨਾ ਮਜ਼ਾ ਆਇਆ ਨਾ ਜ਼ਿੰਦਗੀ 'ਚ ਪਹਿਲਾਂ ਕਦੇ ਨਹੀਂ ਆਇਆ ਯਾਰ। ਹਾਂ ਹਾਂ ਬਾਈ, ਮੈਂ ਵੀ ਬੇਟੇ ਫਸਟ ਟਾਈਮ ਹੈਗਾ, ਮੈਂ ਸੋਚ ਮੇਰਾ ਵੀ ਸੀਗਾ ਵੀ ਮੈਂ ਦੂਰ ਤੱਕ ਜਾਵਾਂ, ਫਸਟ ਟਾਈਮ ਕਰਿਆ ਤੇ ਬਹੁਤ ਵਧੀਆ ਫੀਲ ਹੋ ਰਿਹਾ। ਠੀਕ ਹੈ ਜੀ, ਠੀਕ ਹੈ, ਕਰੋ ਫਟਾਫਟ। ਓਕੇ 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 ਓਕੇ। ਤੁਹਾਨੂੰ ਸਾਰਿਆਂ ਨੂੰ ਪਤਾ ਸੀਗਾ 1 ਤਰੀਕ ਨੂੰ ਸੰਡੇ ਨੂੰ ਸਵੇਰੇ 5 ਵਜੇ ਰਾਈਡ ਸਟਾਰਟ ਕਰਨੀ ਸੀ ਗੈਲਾਂ ਦੀ, ਅਤੇ ਗੈਲਾਂ ਇੱਥੋਂ ਸਿਰਫ ਅਤੇ ਸਿਰਫ 5 ਕਿਲੋਮੀਟਰ ਰਹਿ ਗਿਆ। ਅਤੇ ਆਹ ਬਈ ਜਿੰਨੇ ਵੀ ਮੇਰੇ ਦੋਸਤ ਨੇ ਆਏ ਹਨਾ, 4 ਸਾਈਕਲਿਸਟ ਮੇਰੇ ਨਾਲ ਅਤੇ 5ਵਾਂ ਮੈਂ ਹਾਂ, ਅਤੇ ਤੁਸੀਂ ਬਾਈ ਜੀ ਲੋਕੇਸ਼ਨ ਚੈੱਕ ਕਰੋ ਯਾਰ, ਤੁਹਾਨੂੰ ਆਲਾ ਦੁਆਲਾ ਵੀ ਦਿਖਾਵਾਂਗੇ, ਉੱਥੇ ਜਾ ਕੇ ਲਾਈਵ ਵੀ ਹੁੰਦੇ ਹਾਂ, ਤੁਹਾਨੂੰ ਕੁਦਰਤ ਦਾ ਅਸਲੀ ਦੀਦਾਰ ਕਰਾਵਾਂਗੇ। ਹਰੇ ਭਰੇ ਦਰਖਤ, ਪੱਤਝੜ ਆਈ ਹੋਈ ਹੈ, ਦਰਖਤਾਂ ਦੇ ਪੱਤੇ ਡਿੱਗੇ ਹੋਏ ਹੈ, ਹੁਣ ਦੁਬਾਰੇ ਫੇਰ ਫੁੱਟਣਗੇ। ਇਹ ਨੋ ਡਾਊਟ ਲਾਈਵ ਜ਼ਰੂਰ ਕਰਾਂਗੇ, ਆਹ ਵੀ ਵੀਡੀਓ ਪਾਵਾਂਗੇ, ਪਰ ਜਿਹੜਾ ਅਸੀਂ ਮਹਿਸੂਸ ਕਰ ਰਹੇ ਹਾਂ ਉਹ ਬਸ ਅਸੀਂ ਜਾਣ ਸਕਦੇ ਹਾਂ। ਅਤੇ ਕੋਸ਼ਿਸ਼ ਕਰਿਓ ਅਗਲੀ ਰਾਈਡ 'ਤੇ ਜੇ ਸੰਭਵ ਹੋਇਆ ਤਾਂ ਜ਼ਰੂਰ ਆਇਓ। ਅਤੇ ਹੁਣ ਮੈਂ ਤੁਹਾਨੂੰ ਦਿਖਾਉਂਦਾ ਗੈਲਾ ਕਿੰਨੇ ਕਿਲੋਮੀਟਰ ਰਹਿ ਗਿਆ। ਧਿਆਨ ਨਾਲ ਬੋਰਡ ਪੜ੍ਹ ਲਓ, ਤੁਹਾਡੇ ਵਾਸਤੇ ਬਣਾ ਰਿਹਾ ਵੀਡੀਓ। ਗੈਲਾਂ 4 ਕਿਲੋਮੀਟਰ ਆ ਵੀਰੇ, ਬਿਲਕੁਲ 4, ਦੇਖ ਲਓ ਧਿਆਨ ਨਾਲ। ਤੇਰੀ ਨਹੀਂ ਬਣਾਉਂਦਾ ਬਾਈ, ਮੈਂ ਇੱਧਰ ਹੀ ਰੱਖੂ ਕੈਮਰਾ। How you feels guys? We are feeling very good. Yeah. Active feel kar raha hai.
ਥੋੜਾ ਆਪਦਾ ਐਕਸਪੀਰੀਅੰਸ ਦੱਸੋ ਸਾਨੂੰ। 15 ਸਾਈਡ ਲੈ ਕੇ ਕਿਹਾ ਲੱਗਿਆ ਤੁਹਾਨੂੰ? ਮੈਂ ਮਨਾਲੀ ਨਾ 15 ਅਗਸਤ ਨੂੰ ਗਿਆ ਸੀਗਾ। 15 ਅਗਸਤ ਆਜ਼ਾਦੀ ਦਿਵਸ ਹੀ ਹੁੰਦਾ 15 ਅਗਸਤ ਹਨਾ, ਤੇ ਉਸ ਤੋਂ ਬਾਅਦ ਮੈਂ ਇੱਧਰ ਵੀ ਗਿਆ ਤਪੇ ਵਾਲੀ 71 ਕਿਲੋਮੀਟਰ ਸੀਗੀ ਹਨਾ ਰਿਪਬਲਿਕ ਡੇ ਤੇ। ਹੁਣ ਉਸ ਤੋਂ ਬਾਅਦ ਅੱਜ 60 ਕਿਲੋਮੀਟਰ ਲਾ ਰਿਹਾ ਬਹੁਤ ਟਾਈਮ ਬਾਅਦ, ਤੇ ਆਹ ਬੰਦੇ ਸਾਰੇ ਖੁਸ਼ ਨਸੀਬ ਨੇ ਜਿਨ੍ਹਾਂ ਨਾਲ ਆਪਾਂ ਲਾ ਰਹੇ ਹਾਂ। ਅਤੇ ਮੇਰਾ ਜਿਹੜਾ ਐਕਸਪੀਰੀਅੰਸ ਉਹਦਾ ਹਮੇਸ਼ਾ ਵਨ ਐਂਡ ਓਨਲੀ ਹੈ ਨਾ, ਅਤੇ ਹਮੇਸ਼ਾ ਵਧੀਆ ਹੁੰਦਾ। ਸਭ ਤੋਂ ਮੇਨ ਚੀਜ਼ ਆ, ਮੈਂ ਕੱਲੀ ਸਾਈਕਲਿੰਗ ਨਹੀਂ ਕਰਦਾ, ਮੈਨੂੰ ਜਿਹੜਾ ਜਿਹੜਾ ਆਲਾ ਦੁਆਲਾ ਨਾ, ਆਹ ਜਿਹੜਾ ਤੁਸੀਂ ਚੈੱਕ ਕਰ ਸਕਦੇ ਹੋ, ਜਿਹੜਾ ਇਹ ਆਲਾ ਦੁਆਲਾ ਨਾ, ਇਹ ਜਿਹੜੀ ਸਵੇਰ ਦੀ ਰੌਣਕ ਆ ਨਾ, ਇਹ ਆਪਣਾ ਮੇਨ ਮੁੱਦਾ ਇਹੀ ਹੈ। ਅਤੇ ਜਿਹੜਾ ਬੰਦਾ ਇਹਦੀ ਰੋਜ਼ ਆਦਤ ਪਾਲੂਗਾ, ਮੈਂ ਗਰੰਟੀ ਦਿੰਦਾ ਵੀਰੇ, ਜ਼ਿੰਦਗੀ ਦੇ ਵਿੱਚ ਡਿਪਰੈਸ਼ਨ ਦਾ ਸ਼ਿਕਾਰ ਨਹੀਂ ਹੋਊਗਾ। ਇਹ ਗੱਲ ਲਿਖ ਲਓ। ਮੈਨੂੰ ਲੱਗਦਾ ਹੁਣ ਦੱਸਣ ਦੀ ਲੋੜ ਨਹੀਂ ਹੈਗੀ ਮੈਂ ਕਿਸ ਸਿਚੁਏਸ਼ਨ ਦੇ ਵਿੱਚ ਹੈ। ਕਹਿੰਦਾ ਇਹਨੂੰ ਜੰਨਤ ਬੋਲਦੇ ਹੈ। ਕਹਿੰਦੇ ਗਾਇਲਾ 2 ਕਿਲੋਮੀਟਰ ਹੈ ਬਾਈ ਜੀ, ਇੱਥੋਂ ਸਿਰਫ 2 ਕਿਲੋਮੀਟਰ ਹੈ, ਅਤੇ ਉੱਥੋਂ ਕਹਿੰਦੇ ਨਹਿਰੀ ਹਵੇਲੀ ਆ ਰਹੀ ਹੈ, ਅਤੇ ਹਵੇਲੀ ਜੰਨਤ ਵਾਲੀ ਫੀਲਿੰਗ ਹੈ। ਕਹਿੰਦਾ ਮੁੰਡੇ ਨਾਲ ਚਾਰ ਨੇ ਅਤੇ 5 ਭੁੱਲਰ ਹੈ। ਬੱਸ ਭਾਵੇਂ ਮੈਨੂੰ ਲੱਗਦਾ ਉਹ 12 ਟੈਰੀ ਆ ਬਈ, 1 ਕਿਲੋਮੀਟਰ ਰਹਿ ਗਿਆ ਗੈਲਾ, ਅਤੇ ਇੱਧਰਲੀ ਡਾਇਰੈਕਸ਼ਨ ਦੇ ਵਿੱਚ ਹਵੇਲੀ ਹੈ। ਦੇਖ ਕੇ ਬਈ ਦੇਖ ਕੇ ਇੱਧਰ ਆਖਿਆ ਕਿ ਗੱਡੀ ਕੱਢ ਗਿਆ। ਕਿਉਂ ਬਾਕਸਰਾ ਕੀ ਕਹਿੰਦਾ? ਬਈ ਗੈਲਾਂ ਦੀ ਜਿਹੜੀ ਹਵੇਲੀ ਆ, ਜਿਹੜੀ ਸਾਡੀ ਲਾਸਟ ਨਹੀਂ ਕਹਿ ਸਕਦੇ, ਹਾਫ ਜਿਹੜੀ ਡਿਸਟੈਂਸ ਦੀ ਸੀਗੀ ਹੈ ਨਾ, ਫਿਰ ਇੱਥੋਂ 500-600 ਮੀਟਰ ਰਹਿਗੀ ਬਈ। ਧੱਕੇ ਪਏ ਹੁਣ ਕਈ ਵਾਰੀ, ਚਲੋ ਠੀਕ, ਜਾਣਾ ਕਹਿੰਦੇ ਹੌਲੀ ਹੈ, ਕਹਿੰਦੇ ਰਿਸਕ ਲੈਣਾ ਨਹੀਂ, ਜਾਣਾ ਹੌਲੀ ਹੈ। ਆ ਸਾਨੂੰ ਸਿਕਿਉਰਿਟੀ ਗਾਰਡ ਇੱਥੇ ਆਏ ਹੋਏ ਨੇ ਗੈਲਾਂ ਦੀ ਧਰਤੀ ਤੇ, ਇਹਨਾਂ ਨੂੰ ਪਤਾ ਸੀ ਮੁੰਡੇ 28 ਕਿਲੋਮੀਟਰ ਬਰਨਾਲੇ ਤੋਂ ਆਏ ਹੋਏ ਨੇ, ਤੇ ਸਵਾਗਤ ਕਰਨ ਵਾਸਤੇ ਪਹੁੰਚ ਚੁੱਕੇ ਨੇ ਵੀਰੇ। ਉਹ ਬੱਲੇ ਓ ਬੱਲੇ, ਧੰਨਵਾਦ ਤੁਹਾਡਾ।